हर वेले शहर के दुकानदारा एक कंप्लेंट रहती सी कि बी की वारी नहीं ए की वारी नहीं उन्हें दुकान खोल ली है। हर कोई कहता सी असी परेशान है इस सिस्टम के भावें लैफ्ट राइट है भावें ए बी सी है, पर हुण जिला पुलिस प्रशासन वालों कुछ फैसले लिते गए हैं जिन्हां संबंधी असी जानकारी लई गलबात करन जा रहे हाँ DECP ला एंड ऑर्डर सरदार जगमोहन सिंह जी दे नाल। सर, की नवें गाइडलाइन आई हैं? काफ़ी जिहड़ा हैगा सानू अलग अलग जिहड़ियां जिहड़ियां यूनियनस मिलियां सीगियां, व्यापार मंडल दे प्रधान मिले सी, उन्हां नूं यही रिक्वेस्ट की सी कि ए बी सी जां साडा लैफ्ट राइट दे नाल जिहड़ा साडा सिस्टम ठीक नहीं आ रहा। काफ़ी टाइम तक असी लॉकडाउन दे विच असी दुकानां जिहड़ियां बंद कीतियां, इस नाल साडा व्यापार आ जिहड़ा ਉਹ ਕਾਫੀ ਉਹਦੇ ਨਾਲ ਸਾਡਾ ਜਿਹੜਾ ਫਾਈਨੈਂਸ਼ੀਅਲ ਲਾਸ ਹੋਇਆ ਅਤੇ ਉਹਦੇ ਵਿੱਚ ਵੀ ਕਾਫੀ ਦਿੱਕਤ ਉਹਨਾਂ ਨੇ ਆਪਣੀਆਂ ਉਹਨਾਂ ਦੀਆਂ ਦਿੱਕਤਾਂ ਨੂੰ ਮੁੱਖ ਮੱਦੇਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਸਵੇਰੇ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਟਾਈਮ ਜਿਹੜਾ 7 ਤੋਂ ਸ਼ਾਮੀ 6 ਵਜੇ ਤੱਕ ਜਿਹੜੀਆਂ ਸਾਰੀਆਂ ਹੀ ਮਾਰਕੀਟਸ ਅਸੀਂ ਜਿਹੜੀਆਂ ਖੋਲ੍ਹਣ ਲਈ ਕਹਿ ਦਿੱਤੀਆਂ, ਪਰ ਉਹਦੇ ਵਿੱਚ ਮੈਂ ਇੱਕ ਗੱਲ ਰਿਪੀਟ ਕਰਨੀ ਚਾਹੁੰਦਾ ਕਿ ਜਿਹੜੀਆਂ ਆਲਰੇਡੀ ਬੰਦ ਹੈਗੇ ਜਿਸ ਤਰ੍ਹਾਂ ਕਿ ਰੈਸਟੋਰੈਂਟ ਹੈ ਉੱਥੇ ਸਿਰਫ ਤੁਸੀਂ ਹੋਮ ਡਿਲੀਵਰੀ ਕਰ ਸਕਦੇ ਹੋ, ਇਸੇ ਤਰ੍ਹਾਂ ਮੌਲ ਆ ਇਹ ਬੰਦ ਰਹਿਣਗੇ, ਅਦਰਵਾਈਜ਼ ਜਿਹੜੀਆਂ ਦੁਕਾਨਾਂ ਪਹਿਲਾਂ ਅਸੀਂ ਅਲਾਓ ਕੀਤੀਆਂ ਹੈਗੀਆਂ ਉਹ ਦੁਕਾਨਾਂ ਜਿਹੜੀਆਂ ਅਸੀਂ ABC ਨੰਬਰ ਲਾਏ ਸੀ ਜਾਂ ਜਿਹੜੇ ਅਸੀਂ ਲੈਫਟ ਰਾਈਟ ਖਿਲਾਏ ਸੀਗੇ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹਣਗੀਆਂ। ਸਰ, ਇੱਕ ਬਹੁਤ ਵੱਡੀ ਸਹੂਲਤ ਦੇਣ ਜਾ ਰਿਹਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਕਿੰਨੀ ਕੁ ਜ਼ਿੰਮੇਵਾਰੀ ਵੱਧ ਗਈ ਇਸ ਫੈਸਲੇ ਨਾਲ ਲੋਕਾਂ ਦੀ? ਮੈਂ ਸਮਝਦਾ ਕਿ ਜੇ ਅਸੀਂ ਇਹ ਪ੍ਰਕੋਸ਼ਨ ਲਵਾਂਗੇ ਜੋ ਮਈਅਰਸ ਅਸੀਂ ਲਵਾਂਗੇ ਤਾਂ ਲੱਗਦਾ ਹੈਗਾ ਸਾਨੂੰ ਕੋਈ ਦਿੱਕਤ ਨਹੀਂ ਆਊਗੀ। ਔਰ ਮੈਂ ਸਮਝਦਾ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਜੋ ਹਦਾਇਤਾਂ ਆਈਆਂ ਸਾਨੂੰ ਉਹਨਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਆ, ਜਿਹੜੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਚਾਹੀਦੀ ਆ, ਆਪਣਾ ਜੋ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਜੇ ਕਿਸੇ ਨੂੰ ਸਿਮਟਮ ਆਉਂਦੇ ਹੈਗੇ ਜਾਂ ਕੋਈ ਇਸ ਤਰ੍ਹਾਂ ਦਾ ਸ਼ੱਕ ਪੈਂਦਾ ਹੈਗਾ ਤਾਂ ਇਮੀਡੀਏਟਲੀ ਜਿਹੜਾ ਹੈਲਥ ਡਿਪਾਰਟਮੈਂਟ ਦੇ ਵਿੱਚ ਜਾ ਕੇ ਨੇੜੇ ਜਿਹੜਾ ਕੋਈ ਹੈਲਥ ਸੈਂਟਰ ਹੈ ਉੱਥੇ ਜਿਹੜਾ ਆਪਣਾ ਐਗਜ਼ਾਮਿਨ ਕਰਵਾਉਣਾ ਚਾਹੀਦਾ ਹੈਗਾ। ਔਰ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈਗੀ ਉਹ ਸ਼ੇਅਰ ਕਰਨੀ ਚਾਹੀਦੀ ਆ। ਔਰ ਮੋਰ ਓਵਰ ਸਭ ਤੋਂ ਪਹਿਲਾਂ ਤਾਂ ਹਰ ਇੱਕ ਬੰਦੇ ਦੀ ਇਹ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜੇ ਉਹ ਉਹਨੂੰ ਪਤਾ ਹੈਗਾ ਕਿ ਮਾਸਕ ਪਹਿਨਣਾ ਬੜਾ ਜ਼ਰੂਰੀ ਆ, ਅਸੀਂ ਆਲਰੇਡੀ ਇਹਨਾਂ ਦੇ ਪਰਚੇ ਵੀ ਦਰਜ ਕੀਤੇ ਹੈਗੇ, ਚਲਾਨ ਵੀ ਕੀਤੇ ਆ, ਔਰ ਇਸੇ ਤਰ੍ਹਾਂ ਹੀ ਅਸੀਂ ਵਹੀਕਲ ਜਿਹੜੇ ਹੈਗੇ ਇੰਪਾਊਂਡ ਕੀਤੇ ਆ, ਜਿਹੜੇ ਵਾਇਲੇਸ਼ਨ ਦੇ ਪਰਚੇ ਵੀ ਦਰਜ ਕੀਤੇ। ਮੈਂ ਇਹੀ ਅੰਮ੍ਰਿਤਸਰ ਨਿਵਾਸੀਆਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਉਹ ਇਸ ਤਰ੍ਹਾਂ ਸਾਨੂੰ ਮਜਬੂਰ ਨਾ ਕਰਨ ਕਿ ਕੋਈ ਲੀਗਲ ਐਕਸ਼ਨ ਲੈਣਾ ਪਵੇ ਆਪਣੇ ਆਪ ਹੀ ਉਹ, ਕਿਉਂਕਿ ਇਹ ਲੰਮੀ ਲੜਾਈ ਹੈਗੀ ਆ, ਹਜੇ ਤੱਕ ਜਿਹੜੇ ਹੈਗੇ ਕੋਈ ਮੈਡੀਸਨ ਨਹੀਂ ਆਈ, ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਹੈਗੇ ਪ੍ਰਕੋਸ਼ਨ ਜਿਹੜੇ ਉਹ ਲੈਣੇ ਚਾਹੀਦੇ। ਸਰ, ਦੁਕਾਨਾਂ ਦੀ ਗੱਲ ਕਰੀਏ, ਇਹ ਹਫ਼ਤੇ ਦੇ 6 ਦਿਨ ਲਈ ਲਾਗੂ ਹੋਏਗਾ, ਐਤਵਾਰ ਦਾ ਕੀ ਸਟੇਟਸ ਹੋਏਗਾ? ਜਿਸ ਤਰ੍ਹਾਂ ਪਹਿਲਾਂ ਸੰਡੇ ਬੰਦ ਸੀਗਾ ਉਹ ਸੇਮ ਹੀ ਬੰਦ ਰਹੇਗਾ, ਅਦਰਵਾਈਜ਼ ਜਿਹੜੇ 6 ਹਜੇ ਤੱਕ ਅਸੀਂ ਫਿਲਹਾਲ ਫਰਾਈਡੇ ਤੱਕ ਅਸੀਂ ਟ੍ਰਾਇਲ ਬੇਸਿਸ 'ਤੇ ਹੈਗਾ, ਜੇ ਸਾਨੂੰ ਲੱਗਿਆ ਕਿ ਸਾਰਾ ਸਿਸਟਮ ਠੀਕ ਚੱਲ ਰਿਹਾ ਹੈਗਾ ਤਾਂ ਅਸੀਂ ਇਹਨੂੰ ਰੈਗੂਲਰ ਕਰਾਂਗੇ, ਅਦਰਵਾਈਜ਼ ਜਿਸ ਤਰ੍ਹਾਂ ਜੇ ਕੋਈ ਇਹਦੇ ਵਿੱਚ ਕੋਈ ਦਿੱਕਤ ਆਈ ਤਾਂ ਫਿਰ ਉਹਨੂੰ ਦੁਬਾਰਾ ਰਿਵਿਊ ਕਰਾਂਗੇ। ਸਰ, ਕਰਫਿਊ ਬਾਰੇ ਬਹੁਤ ਸਾਰੇ ਲੋਕ ਵਟਸਐਪ 'ਤੇ ਗਲਤ ਮੈਸੇਜ ਫਾਰਵਰਡ ਕਰ ਰਹੇ ਨੇ, ਕੋਈ ਟਾਈਮਿੰਗਸ ਆਪਣੇ ਵੱਲੋਂ ਭੇਜ ਰਹੇ ਹਨ, ਤੁਸੀਂ ਲੋਕਾਂ ਨੂੰ ਕੀ ਸੁਨੇਹ ਦੇਣਾ ਚਾਹੋ ਕਿ ਜਿਹੜਾ ਸ਼ਾਮ ਦਾ ਕਰਫਿਊ ਆ ਉਹਦਾ ਕੀ ਟਾਈਮਿੰਗਸ ਹਨ, ਔਰ ਜਿਹੜੇ ਲੋਕ ਵਾਇਲੇਸ਼ਨ ਕਰਨਗੇ ਉਹਨਾਂ ਦੇ ਖਿਲਾਫ਼ ਕਿੰਨੀ ਕੁ ਸਖ਼ਤ ਕਾਰਵਾਈ ਹੋਏਗੀ? ਮੈਂ ਪਹਿਲਾਂ ਵੀ ਅਪੀਲ ਕਰ ਚੁੱਕਿਆ ਸੀ ਵਾਰ ਵਾਰ ਕਿ ਜਿਹੜਾ ਕਿਸੇ ਵੀ ਸੋਸ਼ਲ ਮੀਡੀਆ 'ਤੇ ਲੋਕ ਬਿਲਕੁਲ ਨਾ ਜਾਣ, ਹਮੇਸ਼ਾ ਹੀ ਜਿਹੜਾ ਸਾਡੇ ਵੱਲੋਂ ਕੋਈ ਨਾ ਕੋਈ ਜਿਹੜਾ ਮੈਸੇਜ ਦਿੱਤਾ ਜਾਏਗਾ ਸਾਡੇ ACP ਸਾਡੇ SHO ਸਾਡੇ ADSP ਵੱਲੋਂ, ਅਸੀਂ ਬਿਲਕੁਲ ਹੁਣ ਤੱਕ 7 ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਜਿਹੜਾ ਹੈਗਾ ਕਰਫਿਊ ਉਸੇ ਤਰ੍ਹਾਂ ਹੀ ਰਹੇਗਾ। ਜੇ ਕੋਈ ਅੱਗੇ ਰਿਲੈਕਸੇਸ਼ਨ ਦੇਵਾਂਗੇ ਉਹਦਾ ਬਕਾਇਦਾ ਜਿਹੜਾ ਹੈ ਅਸੀਂ ਲੋਕਾਂ ਨੂੰ ਇਨਫੋਰਮ ਕਰਾਂਗੇ। ਸਰ, ਕਿੱਥੇ ਹਫ਼ਤੇ 'ਚ 2 ਦਿਨ ਦੁਕਾਨਾਂ ਖੁੱਲਦੀਆਂ ਸੀ, 3 ਦਿਨ ਖੁੱਲਦੀਆਂ ਸੀ, ਹੁਣ ਖੁੱਲਣੀਆਂ 6 ਦਿਨ, ਪਰ ਹੋ ਸਕਦਾ ਲੋਕ 6 ਵਜੇ ਤੱਕ ਵੀ ਸੈਟਿਸਫਾਈ ਨਾ ਹੋਣ, ਉਸ ਤੋਂ ਬਾਅਦ ਵੀ ਖੋਲ੍ਹਣ ਦੀ ਕੋਸ਼ਿਸ਼ ਕਰਨ, ਇਹੋ ਜਿਹੇ ਲੋਕਾਂ ਨੂੰ ਸਾਡੇ ਰਾਹੀਂ ਕਿਵੇਂ ਜਾਗਰੂਕ ਕਰਨਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਕਰਨਾ ਚਾਹੁੰਦਾ ਕਿ ਅਗਰ ਕੋਈ 6 ਵਜੇ ਤੋਂ ਬਾਅਦ ਜੇ ਕੋਈ ਦੁਕਾਨ ਖੋਲ੍ਹੇਗਾ ਅਸੀਂ ਉਹਦੇ ਖਿਲਾਫ਼ ਜਿਹੜਾ ਐਕਸ਼ਨ ਲਵਾਂਗੇ, ਕਿਉਂਕਿ ਅਸੀਂ ਅਲਾਓ ਨਹੀਂ ਕੀਤਾ 7 ਵਜੇ ਤੋਂ ਬਾਅਦ ਕਰਫਿਊ ਜਿਹੜਾ ਹੈਗਾ ਸਟਾਰਟ ਹੋ ਜਾਣਾ, ਇਸ ਕਰਕੇ ਉਹ ਆਪਣੀ 6 ਵਜੇ ਤੱਕ ਜਿਹੜੀ ਦੁਕਾਨ ਖੁੱਲ੍ਹੀ ਰੱਖੇ। ਉਸ ਤੋਂ ਇਲਾਵਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ, ਜਿਹੜੇ ਮਾਰਕੀਟ ਦੇ ਐਸੋਸੀਏਸ਼ਨ ਦੇ ਮੈਂਬਰ ਆ ਜਾਂ ਜਿਹੜੇ ਕੋਈ ਉੱਥੋਂ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਆਪਣੇ ਜਿਹੜੇ ਏਰੀਏ ਦੇ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੇ ਗੱਲ ਦੱਸ ਦੇਣ, ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ 6 ਵਜੇ ਆਪਣੀ ਜਿਹੜੀ ਦੁਕਾਨ ਹੈ ਬਿਲਕੁਲ ਬੰਦ ਕਰ ਦੇਣ ਤਾਂ ਕਿ ਲੋਕ 7 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਪੁੱਜ ਜਾਣ। 6 ਜੂਨ ਨੂੰ ਘੱਲੂਘਾਰਾ ਮਨਾਇਆ ਜਾਣਾ ਹੈ, ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਹਨ ਔਰ ਲੋਕਾਂ ਨੂੰ ਕੀ ਸੁਨੇਹਾ ਦਿਓਗੇ?
वैसे इस संबंधी ऑलरेडी जिहड़ा हैगा दल खालसा वल्लों जिहड़ा अपना मार्च रोस मार्च सीगा उहनूं उन्होंने पोस्टपोन कर दिता, बंद कर दिता हैगा। रोस मार्च कोई भी नहीं कर रहे। और बाकी मैं लोगों को यही सुनेहा देना चाहना कि क्योंकि जिहड़े जथेदार हैगे अकाल तख्त दे उन्होंने भी लोगों को अपील की भी तुसीं घर रह के अपना सिमरन करो। इस करके लॉकडाउन करके इस वायरस करके सारे जथेबंदियों को यही अपील करदा कि जिहड़ा आपां क्राउड नहीं करना हैगा और इहदे विच साढ़े वल्लों जिहड़े हैगे बिल्कुल पुख्ता प्रबंध किए गए। जिवें डीसीपी साहब ने दस्सिया ये रिलैक्सेशन ये जिहड़ी रियायतां सानू मिलियां हन ये साडा इम्तिहान है। जेकर असी इस इम्तिहान दे विच कामयाब होवांगे ये सिलसिला इस तरह खुला रहेगा। पर जिवें डीसीपी साहब ने दस्सिया जे इहदे विच कोई प्रॉब्लम आउंदी है तां फिर एक बार दोबारा पुलिस प्रशासन नूं दुकानां दे टाइम बारे सोचना पवेगा। फास्ट न्यूज़ लई कैमरामैन राकेश ते नाल नीटा सिंह।